ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਮੌਜੂਦ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਤੇ ਦੱਸ ਦਈਏ ਕਿ ਅੱਜ ਜੋ ਇੱਕ ਬਹੁਤ ਹੀ ਅਹਿਮ ਤੇ ਵੱਡਾ ਦਿਨ ਜੋ ਕਹਿ ਸਕਦੇ ਆ ਪੰਜਾਬ ਵਾਸਤੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਹੈਗਾ ਆ ਕਿ ਅੱਜ ਸੱਚਖੰਡ ਸਾਹਿਬ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਜੋ ਅੱਜ ਜੋ ਪੰਜਾਬ ਦੇ ਮੁੱਖ ਮੰਤਰੀ ਹੈਗੇ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਜਿਹੜਾ ਬੱਚਿਆਂ ਨੂੰ ਇੱਕ ਨਸ਼ਾ ਵਿਰੋਧ ਜਿਹੜੀ ਸਹੁੰ ਚੁਕਾਈ ਜਾਣੀ ਹੈਗੀ ਆ ਤਾਂ ਉਸ ਸੰਬੰਧੀ ਜੋ ਤੁਸੀਂ ਵੇਖ ਸਕਦੇ ਹੋ ਕਿ ਸਕੂਲ ਦੇ ਜਿਹੜੇ ਬੱਚੇ ਇੱਥੇ ਪਹੁੰਚੇ ਹੈਗੇ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਹਾਲਾਂਕਿ ਕੁਝ ਹੀ ਸਮੇਂ ਦੇ ਵਿੱਚ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੋ ਕੁਝ ਹੀ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਵੱਲੋਂ ਇੱਥੇ ਆ ਕੇ ਜੋ ਬੱਚਿਆਂ ਨੂੰ ਜੋ ਸਹੁੰ ਚੁੱਕ ਸਮਾਗਮ ਜੋ ਆਪਾਂ ਕਹਿ ਸਕਦੇ ਹਾਂ ਜੋ ਇੱਕ ਸਹੁੰ ਚੁਕਾਈ ਜਾਣੀ ਹੈਗੀ ਆ ਕਿਉਂਕਿ ਨਸ਼ਾ ਜੋ ਆ ਕਾਫੀ ਜੋ ਵੱਡਾ ਮੁੱਦਾ ਜੋ ਪੰਜਾਬ ਦੇ ਵਿੱਚ ਕਾਫੀ ਪੁਰਾਣੇ ਸਮੇਂ ਤੋਂ ਹੈਗਾ ਤਾਂ ਉਸ ਨਸ਼ੇ ਨੂੰ ਖਤਮ ਕਰਨ ਵਾਸਤੇ ਜੋ ਇੱਕ ਇਹ ਜੋ ਮੁਹਿੰਮ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਜਾਂ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਹੈਗੀ ਆ ਤਾਂ ਦੂਸਰੀ ਤਰਫ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਤਾਂ ਉੱਥੇ ਜੋ SGPC ਹੈ SGPC ਵੱਲੋਂ ਵੀ ਵਿਸ਼ੇਸ਼ ਤੌਰ ਦੇ ਉੱਤੇ ਜੋ ਇੱਥੇ ਇੱਕ ਉਪਰਾਲਾ ਕੀਤਾ ਗਿਆ ਹੈਗਾ ਤਾਂ ਇਹ ਤਸਵੀਰਾਂ ਉਹਨਾਂ ਦੇ ਉਪਰਾਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਹਾਲਾਂਕਿ ਜੇਕਰ ਗੱਲ ਕਰ ਲਈਏ ਕਿ ਬੱਚਿਆਂ ਦੀ ਤਾਂ ਬੱਚੇ ਜ਼ਰੂਰ ਸਵੇਰ ਤੋਂ ਹੀ ਇੱਥੇ 35,000 ਦੇ ਕਰੀਬ ਬੱਚਾ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਜੋ ਪਹੁੰਚ ਚੁੱਕਿਆ ਹੈਗਾ ਅਤੇ 10,000 ਬੱਚਾ ਜੋ ਗਾਂਧੀ ਗਰਾਊਂਡ ਵਿਖੇ ਜੋ ਪਹੁੰਚ ਚੁੱਕਿਆ ਹੈਗਾ ਤਾਂ ਕੁਛ ਸਮੇਂ ਦੇ ਵਿੱਚ ਜੋ ਅਰਦਾਸ ਸਮਾਗਮ ਸ਼ੁਰੂ ਹੋਏਗਾ ਤਾਂ 35,000 ਬੱਚਿਆਂ ਨੂੰ ਜਿਹੜਾ ਜੋ ਨਸ਼ਾ ਵਿਰੋਧ ਜਿਹੜੀ ਸਹੁੰ ਚੁਕਾਈ ਜਾਏਗੀ ਕਿਉਂਕਿ ਨਸ਼ੇ ਦੇ ਨਾਲ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਜੋ ਪੰਜਾਬ ਦਾ ਤਾਣਾ ਬਾਣਾ ਜੋ ਕਾਫੀ ਵਿਗੜ ਚੁੱਕਾ ਸੀਗਾ ਕਿਉਂਕਿ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਜੋ ਆ ਪੰਜਾਬ ਲਈ ਬਣ ਚੁੱਕੀ ਸੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੀਆਂ ਤੁਸੀਂ ਵੇਖ ਸਕਦੇ ਹੋ ਤਾਂ ਕੁਛ ਸਕੂਲ ਦੇ ਜੋ ਮੈਂ ਟੀਚਰਸ ਹੈਗੇ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਤਾਂ ਉਹਨਾਂ ਦਾ ਇਸ ਦੇ ਵਿੱਚ ਕੀ ਕਹਿਣਾ ਹੈਗਾ ਤਾਂ ਜ਼ਰੂਰ ਜੀ ਮੈਮ ਤੁਸੀਂ ਅੱਜ ਇੱਥੇ ਬੱਚਿਆਂ ਨੂੰ ਲੈ ਕੇ ਪਹੁੰਚੇ ਜੇ ਤਾਂ ਕੀ ਜੋ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਜੇ ਗੱਲ ਕਰ ਲਈਏ ਕਿੰਨੀ ਕੁ ਵੱਡੀ ਸਮੱਸਿਆ ਨਸ਼ੇ ਦੀ ਤੁਹਾਨੂੰ ਲੱਗਦੀ ਹੈ? ਸਰ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਕਿ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਕਿਉਂਕਿ ਅੱਜ ਕੱਲ੍ਹ ਨਸ਼ਾ ਜਿਹੜਾ ਉਹ ਸਕੂਲਾਂ ਦੇ ਵਿੱਚੋਂ ਹੀ ਸਟਾਰਟ ਹੋ ਰਿਹਾ ਆ ਜਿਹਦੇ ਕਰਕੇ ਬਹੁਤ ਵਧੀਆ ਉਪਰਾਲਾ ਆ ਬਹੁਤ ਵਧੀਆ ਲੱਗ ਰਿਹਾ ਆ ਸਾਰੇ ਬੱਚੇ ਵੀ ਇਨੀਸ਼ੀਏਟਿਵ ਲੈਂਦੇ ਆ ਕਿ ਅਸੀਂ ਮਤਲਬ ਦਰਬਾਰ ਸਾਹਿਬ ਇੱਕ ਅਰਦਾਸ ਬਹੁਤ ਵੱਡੀ ਚੀਜ਼ ਆ ਜਿਹਦੇ ਨਾਲ ਹੋ ਸਕਦਾ ਆ ਕਿ ਕੁਝ ਨਾ ਕੁਝ ਇਨੀਸ਼ੀਏਟਿਵ ਆ ਕਿ ਜਿਹਦੇ ਨਾਲ ਨਸ਼ਾ ਦੂਰ ਹੋ ਸਕਦਾ ਹੈ। ਅੱਜ ਤੁਸੀਂ ਕਿਹੜੇ ਸਕੂਲ ਦੇ ਰਾਹੀਂ ਜੋ ਬੱਚਾ ਆਪਣੇ ਨੂੰ ਲੈ ਕੇ ਇੱਥੇ ਪਹੁੰਚੇ ਜੇ ਤਾਂ ਕਿੰਨੇ ਬੱਚੇ ਜੋ ਤੁਹਾਡੇ ਸਕੂਲ ਦੇ ਇੱਥੇ ਪਹੁੰਚੇ ਨੇ? ਸਰ ਖਾਲਸਾ ਕਾਲਜ ਪਬਲਿਕ ਸਕੂਲ ਦੇ ਆ ਸਾਡੇ ਬੱਚੇ ਖਾਲਸਾ ਕਾਲਜ ਪਬਲਿਕ ਸਕੂਲ ਅੰਮ੍ਰਿਤਸਰ ਦੇ ਆ ਤੇ ਸਾਡੇ ਹਰ ਕਲਾਸ ਦੇ ਵਿੱਚੋਂ 22 ਲੈ ਕੇ 30 ਬੱਚੇ ਮਤਲਬ ਆਏ ਆ 6 to 12th ਆਨਵਰਡ। ਹਾਂਜੀ ਸਰ, ਜੋ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਕਿਉਂਕਿ ਨਸ਼ੇ ਦੀ ਗੱਲ ਕਰ ਲਈਏ ਤਾਂ ਨਸ਼ਾ ਕਾਫੀ ਪਹਿਲੇ ਸਮੇਂ ਤੋਂ ਜੋ ਆ ਪੰਜਾਬ ਵਾਸਤੇ ਬੜੀ ਵੱਡੀ ਸਮੱਸਿਆ ਹੈਗੀ ਸੀਗੀ ਕਿਉਂਕਿ ਸਾਡਾ ਤਾਣਾ ਬਾਣਾ ਜੋ ਵਿਗੜ ਚੁੱਕਾ ਸੀਗਾ ਤਾਂ ਅੱਜ ਜੋ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਦਿਨ ਜੋ ਪੰਜਾਬ ਵਾਸਤੇ ਹੈਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਹੈਗਾ ਕਿ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਪਹੁੰਚਣਗੇ ਤਾਂ ਕੁਝ ਸਮੇਂ ਦੇ ਵਿੱਚ ਅਰਦਾਸ ਕਰਨਗੇ। ਹਾਂਜੀ ਹਾਂਜੀ ਸਰ, ਸਰ ਦੇਖੋ ਬੱਚੇ ਜਿਹੜੇ ਆ ਉਹਨਾਂ ਦੀ ਅਰਦਾਸ ਸਭ ਤੋਂ ਜ਼ਿਆਦਾ ਲੱਗਦੀ ਆ ਸੋ ਪੰਜਾਬ ਜਿਹੜੀ ਪੰਜਾਬ ਪੁਲਿਸ ਦਾ ਇਹ ਉਪਰਾਲਾ ਕਮਿਸ਼ਨਰ ਸਾਹਿਬ ਦਾ ਬਹੁਤ ਵਧੀਆ ਆ। ਥੈਂਕ ਯੂ ਸੋ ਮਚ ਸਰ। ਜੀ ਬਿਲਕੁਲ, ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੀਆਂ ਤੁਸੀਂ ਵੇਖ ਸਕਦੇ ਹੋ। ਹਾਲਾਂਕਿ ਜੇਕਰ ਗੱਲ ਕਰ ਲਈਏ ਕਿ ਪੰਜਾਬ ਪੁਲਿਸ ਦੀ ਤਾਂ ਪੰਜਾਬ ਪੁਲਿਸ ਜਿੱਥੇ ਕਿ ਪਹਿਲਾਂ ਜੇ ਗੱਲ ਕਰ ਲਈਏ ਤਾਂ ਅਕਸਰ ਆਪਣਾ ਅਕਸ ਜ਼ਰੂਰ ਪੰਜਾਬ ਪੁਲਿਸ ਕਿਤੇ ਨਾ ਕਿਤੇ ਸਾਹਮਣੇ ਹੀ ਦਿਖਾਈ ਦਿੰਦੀ ਸੀਗੀ ਕਿਉਂਕਿ ਪੰਜਾਬ ਪੁਲਿਸ ਦਾ ਨਾਮ ਜੋ ਆ ਕਾਫੀ ਬਦਨਾਮ ਵੀ ਕੀਤਾ ਗਿਆ ਸੀਗਾ ਕਿਸੇ ਟਾਈਮ ਦੇ ਉੱਤੇ। ਪਰ ਇੱਕ ਜੋ ਵਿਸ਼ੇਸ਼ ਉਪਰਾਲਾ ਕਿ ਕਿਉਂਕਿ ਅਰਦਾਸ ਸਮਾਗਮ ਨੂੰ ਲੈ ਕੇ ਜੇ ਗੱਲ ਕਰ ਲਈਏ ਤਾਂ ਜ਼ਰੂਰ ਜਿੱਥੇ ਕਿ ਸਰਕਾਰ ਦਾ ਵੱਡਾ ਉਪਰਾਲਾ ਹੈਗਾ ਉੱਥੇ ਹੀ ਅੰਮ੍ਰਿਤਸਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਜੋ ਕਾਫੀ ਜੋ ਵੱਡਾ ਉਪਰਾਲਾ ਜੋ ਅੱਜ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਜੋ 35,000 ਤੋਂ ਵੀ ਜ਼ਿਆਦਾ ਜੋ ਬੱਚੇ ਹੈਗੇ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਥੇ ਪਹੁੰਚੇ ਨੇ ਤਾਂ ਇੱਥੇ ਪਹੁੰਚ ਕੇ ਜੋ ਉਹਨਾਂ ਵੱਲੋਂ ਅਰਦਾਸ ਸਮਾਗਮ ਅਰਦਾਸ ਬੇਨਤੀ ਜੋ ਇੱਥੇ ਕੀਤੀ ਜਾਏਗੀ ਕਿ ਨਸ਼ਾ ਜੋ ਆ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ। ਹਾਲਾਂਕਿ ਜੇ ਗੱਲ ਕਰ ਲਈਏ ਨੌਜਵਾਨ ਪੀੜ੍ਹੀ ਤਾਂ ਜ਼ਰੂਰ ਅੱਜ ਦੇ ਸਮੇਂ ਦੇ ਵਿੱਚ ਬੱਚੇ ਜੋ ਨੇ ਬਾਹਰ ਜਾਣਾ ਜ਼ਰੂਰ ਪਸੰਦ ਕਰਦੇ ਨੇ ਪਰ ਉੱਥੇ ਜੇ ਗੱਲ ਕਰ ਲਈਏ ਕਿ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਸਿਰਫ ਨਸ਼ੇ ਕਰਕੇ ਨਸ਼ੇ ਤੋਂ ਤੰਗ ਹੋ ਕੇ ਜੋ ਬੱਚੇ ਬਾਹਰ ਜਾਂਦੇ ਸਨ ਤਾਂ ਅੱਜ ਪੰਜਾਬ ਸਰਕਾਰ ਵੱਲੋਂ ਤੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈਗਾ ਤਾਂ ਜ਼ਰੂਰ ਇਸ ਉਪਰਾਲੇ ਦੀ ਜੋ ਇਕੱਲੀ ਤਸਵੀਰ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਹਾਂਗੇ। ਬਣੇ ਰਹੋ ਤੁਸੀਂ ਜਗਬਾਣੀ TV ਤੇ, ਦਰਸ਼ਨ TV ਤੇ ਦੇਖਦੇ ਰਹੋ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੈ ਸੁਨਕ, ਜਗਬਾਣੀ TV ਅੰਮ੍ਰਿਤਸਰ।